ਸਤਿ ਸ਼੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਤੇ। ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਸੁਖਬੀਰ ਸਿਰ ਤੀਜੀ ਵਾਰ ਸਜਿਆ ਪ੍ਰਧਾਨਗੀ ਦਾ ਤਾਜ। ਲੁਧਿਆਣਾ ਚ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ, ਵੱਡੀ ਗਿਣਤੀ ਚ ਇਕੱਠੇ ਹੋ ਕੇ ਕੀਤਾ ਰੋਸ ਮੁਜ਼ਾਹਰਾ। ਚਮਕੌਰ ਸਾਹਿਬ ਚੌਂਕੀ ਚ ਤੈਨਾਤ ASI ਦਲਜੀਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ, ਡਿਊਟੀ ਤੇ ਜਾਣ ਸਮੇਂ ਰਿਵਾਲਵਰ ਕਰ ਰਿਹਾ ਸੀ ਸਾਫ। ਅਤੇ ਆਦਮਪੁਰ ਦੇ ਨੌਜਵਾਨ ਦੀ ਜ਼ਮਾਨਤ ਤੇ ਆਉਣ ਤੋਂ ਬਾਅਦ ਮੌਤ, ਪਰਿਵਾਰਿਕ ਮੈਂਬਰਾਂ ਨੇ ਲਗਾਏ ਪੁਲਿਸ ਤੇ ਕੁੱਟਮਾਰ ਕਰਨ ਦੇ ਇਲਜ਼ਾਮ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਵਿੱਚ ਅਕਾਲੀ ਦਲ ਨੇ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ। ਸ਼੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਜਨਰਲ ਇਜਲਾਸ ਵਿੱਚ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ ਸੀ, ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਮੁੱਚੇ ਇਜਲਾਸ ਨੇ ਪ੍ਰਵਾਨਗੀ ਦੇ ਦਿੱਤੀ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਅਕਾਲੀ ਦਲ ਦੇ ਡੈਲੀਗੇਟਸ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹਨਾਂ ਨੂੰ ਇਹ ਪ੍ਰਧਾਨਗੀ ਅਹੁਦੇ ਦੀ ਤਾਕੀਦ ਦਾ ਨਾਮ ਦੀ ਪੇਸ਼ਕਸ਼ ਤੋਤਾ ਸਿੰਘ ਮਾਨਯੋਗ ਮੰਤਰੀ ਵੱਲੋਂ, ਪੂਰਵ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸੀਗਾ, ਔਰ ਉਹਨਾਂ ਦੇ ਨਾਮ ਦੀ ਤਾਕੀਦ ਕਰ ਦਿੱਤੀ ਗਈ ਔਰ ਸਰਬਸੰਮਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਵਜੋਂ ਤੈਨਾਤ ਕਰ ਦਿੱਤਾ ਗਿਆ ਹੈ। ਮੈਂ ਦੱਸਣਾ ਚਾਹਾਂਗਾ ਕਿ 2008 ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਥਾਪਿਆ ਗਿਆ ਸੀਗਾ। ਉਸ ਤੋਂ ਬਾਅਦ 2013 ਦੇ ਵਿੱਚ ਵੀ ਇਹਨਾਂ ਨੂੰ ਇਹੀ ਅਹੁਦਾ ਦਿੱਤਾ ਗਿਆ ਸੀਗਾ ਅਤੇ ਉਹ 2019 ਦੇ ਵਿੱਚ ਇਹ ਅਹੁਦਾ ਇਹਨਾਂ ਦੇ ਸਿਰ ਦੇ ਅਤੇ ਤਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਜਾਇਆ ਗਿਆ ਹੈ। ਸੋ ਤੀਸਰੀ ਵਾਰ ਪ੍ਰਧਾਨ ਚੁਣੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਕੈਮਰਾ ਪਰਸਨ ਵਿਪਨ ਕੁਮਾਰ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਲੁਧਿਆਣਾ ਦੇ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦਿਆਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਮੁਸਲਿਮ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮੁਸਲਮਾਨਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰ ਰਹੀ ਹੈ। ਨਾਗਰਿਕ ਸੰਸ਼ੋਧਨ ਬਿੱਲ ਦੇ ਖਿਲਾਫ ਪੰਜਾਬ ਦੇ ਮੁਸਲਮਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਅਤੇ ਅੱਜ ਲੁਧਿਆਣਾ ਦਾ ਮੁਸਲਿਮ ਭਾਈਚਾਰਾ ਸੜਕਾਂ 'ਤੇ ਉਤਰਿਆ ਹੋਇਆ। ਇਸ ਬਿੱਲ ਦੇ ਖਿਲਾਫ ਸਾਡੇ ਨਾਲ ਮੌਜੂਦ ਨੇ ਨਾਇਬ ਸ਼ਾਹੀ ਮਾਮ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਪ੍ਰੋਟੈਸਟ ਦਾ ਕਾਰਨ ਕੀ ਹੈ, ਜਿਹੜਾ ਬਿੱਲ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ? ਕੇਂਦਰ ਸਰਕਾਰ ਨੇ ਜਿਹੜਾ ਬਿੱਲ ਬਣਾਇਆ ਕੈਬ ਸਿਟੀਜ਼ਨ ਅਮੈਂਡਮੈਂਟ ਬਿੱਲ, ਉਹ 'ਚ ਸਪਸ਼ਟ ਰੂਪ 'ਚ ਕਿਹਾ ਵੀ ਇਹ 'ਚ ਮੁਸਲਮਾਨ ਨਹੀਂ ਨੇ, ਬਾਕੀ ਧਰਮਾਂ ਦੇ ਲੋਕ ਨੇ। ਅਸੀਂ ਇਹ ਕਹਿਣਾ, ਕੱਲ੍ਹ ਨੂੰ ਜਦੋਂ NRC ਆਏਗੀ ਤੁਸੀਂ ਕਹੋਗੇ ਪੇਪਰ ਲਿਆਓ, ਅਤੇ ਜੇ ਮੁਸਲਮਾਨਾਂ ਕੋਲ ਪੇਪਰ ਨਹੀਂ ਤਾਂ ਉਹ ਦੇਸ਼ ਤੋਂ ਬਾਹਰ, ਅਤੇ ਜਿਹੜੇ ਗੈਰ ਮੁਸਲਿਮਾਂ ਕੋਲ ਨਹੀਂ ਹੈ ਉਹਨਾਂ ਨੂੰ ਕੈਬ ਦੇ ਥਰੂ ਪਹਿਲਾਂ ਪ੍ਰੋਟੈਕਟ ਕਰ ਰਹੇ ਹੋ ਤੁਸੀਂ। ਦੇਸ਼ ਵਿੱਚ ਪਹਿਲੀ ਵਾਰੀ ਕਾਲਾ ਕਾਨੂੰਨ ਬਣਿਆ ਜਿਹੜਾ ਧਰਮਾਂ ਦੇ ਆਧਾਰ 'ਤੇ, ਕਿ ਹਸਪਤਾਲ ਜਾਂ ਥਾਣਿਆਂ 'ਚ ਲਿਖਿਆ ਜਾ ਸਕਦਾ ਕਿ ਇੰਨੇ ਧਰਮਾਂ ਦੇ ਲੋਕ ਹਨ, ਇੰਨਿਆਂ ਦੇ ਨਹੀਂ ਹਨ। ਇਹ ਐਸਾ ਕਾਨੂੰਨ ਹੈ ਜੇ ਆਉਣ ਵਾਲੇ ਸਮੇਂ 'ਚ ਬਾਕੀ ਘੱਟ ਗਿਣਤੀਆਂ ਨੂੰ ਵੀ ਇੱਕ ਇੱਕ ਕਰਕੇ ਜਿਬਾ ਕੀਤਾ ਜਾਊਗਾ। ਇਹ ਕਾਲਾ ਕਾਨੂੰਨ ਹੈ, ਭਾਰਤ ਦੇ ਸਮੂਹ ਧਰਮਾਂ ਦਾ ਦੇਸ਼ ਹੈ। ਅਸੀਂ ਰਾਸ਼ਟਰਪਤੀ ਜੀ ਕੋਲ ਮੰਗ ਕਰਦੇ ਹਾਂ ਕਿ ਇਸ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ। ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ DC ਦਫ਼ਤਰ ਤੱਕ ਲੱਖਾਂ ਮੁਸਲਮਾਨ ਜਿਹੜੇ ਨੇ ਉਹ ਸ਼ਾਹੀ ਇਮਾਮ ਸਾਹਿਬ ਦੀ ਅਗਵਾਈ 'ਚ ਇਹੀ ਪ੍ਰੋਟੈਸਟ ਕਰਨ ਲਈ ਇਕੱਠੇ ਹੋਏ ਹਾਂ ਕਿ ਇਹ ਕਾਲਾ ਕਾਨੂੰਨ ਰੱਦ ਹੋਣਾ ਚਾਹੀਦਾ। ਪਰ ਕੇਂਦਰ ਸਰਕਾਰ ਦਾ ਕਹਿਣਾ ਕਿ ਹਾਲੇ ਤਾਂ NRC ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹਦੇ 'ਚ ਤੁਹਾਡੇ ਕੋਲ ਨਾਗਰਿਕਤਾ ਦਾ ਪ੍ਰਮਾਣ ਮੰਗਿਆ ਜਾਊਗਾ, ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਗੀ ਭਾਅ ਜੀ? ਟੈਕਨੀਕਲ ਸਮਝੋ, ਤੁਸੀਂ ਕਹਿੰਦੇ ਹੋ NRC 'ਚ ਕੋਈ ਐਸੀ ਗੱਲ ਨਹੀਂ ਹੈ, ਕੈਬ ਦੇ ਥਰੂ ਤੁਸੀਂ ਕਹਿੰਦੇ ਹੋ ਮੁਸਲਮਾਨਾਂ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਨੈਸ਼ਨੈਲਿਟੀ ਦਿੱਤੀ ਹੈ, ਅਤੇ NRC 'ਚ ਜਿਹਨਾਂ ਕੋਲ ਨੈਸ਼ਨੈਲਿਟੀ ਨਹੀਂ ਹੈ ਗੈਰ ਮੁਸਲਿਮ ਕਹਿਣਗੇ ਸਾਨੂੰ ਕੈਬ 'ਚ ਤਾਂ ਦਿੱਤੀ ਪਹਿਲਾਂ ਹੀ, ਅਤੇ ਫਿਰ ਕੀ ਸਿਰਫ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾਉਣਾ ਚਾਹੁੰਦੇ ਹੋ? ਕੀ ਸਟ੍ਰੈਟੇਜੀ ਰਹੂੰਗੀ ਇਸ ਬਿੱਲ ਦੇ ਆਉਣ ਵਾਲੇ ਦਿਨਾਂ? ਦੇਖੋ, ਮੇਰਾ ਅੰਦਾਜ਼ਾ ਇਹ ਹੈ ਕਿ ਜੋ ਪੂਰੇ ਦੇਸ਼ 'ਚ ਇਸ ਵੇਲੇ ਘੱਟ ਗਿਣਤੀਆਂ ਦੇ ਰੁਝਾਨ ਨੇ, ਸ਼ਾਇਦ ਆਉਣ ਵਾਲੇ ਸਮੇਂ 'ਚ ਇਹ ਪ੍ਰੋਟੈਸਟ ਜਿਹੜੇ ਆ ਜਾਰੀ ਰਹਿਣਗੇ, ਉਦੋਂ ਤੱਕ ਅਸੀਂ ਮੁਜ਼ਾਹਰੇ ਕਰਦੇ ਰਹਾਂਗੇ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਕੀਤਾ ਜਾਂਦਾ। ਜੀ ਬਿਲਕੁਲ, ਇਹ ਸੀਗੇ ਨਾਇਬ ਸ਼ਾਹੀ ਇਮਾਮ ਜਾਮਾ ਮਸਜਿਦ ਲੁਧਿਆਣਾ, ਜਿਨ੍ਹਾਂ ਦਾ ਕਹਿਣਾ ਕਿ ਲਗਾਤਾਰ ਮੁਸਲਿਮ ਭਾਈਚਾਰਾ ਹੋਵੇ ਜਾਂ ਘੱਟ ਗਿਣਤੀਆਂ ਵਾਲੇ ਹੋਣ, ਲਗਾਤਾਰ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ, ਕਿਉਂਕਿ ਇਸ ਦੇ ਵਿੱਚ ਉਹਨਾਂ ਦੇ ਖਿਲਾਫ਼, ਮੁਸਲਿਮ ਭਾਈਚਾਰੇ ਦੇ ਖਿਲਾਫ਼ ਜਿਹੜਾ ਹੈਗਾ ਜੋ ਕਾਨੂੰਨ ਬਣਾਉਣ ਜਾ ਰਹੇ ਨੇ, ਆਉਣ ਵਾਲੇ ਦਿਨਾਂ ਵਿੱਚ ਮੁਸਲਿਮ ਭਾਈਚਾਰੇ ਦੀ ਮੁਸ਼ਕਲਾਂ ਹੋਰ ਵੱਧ ਸਕਦੀਆਂ। ਜਿਨ੍ਹਾਂ ਕੋਲ ਨਾਗਰਿਕਤਾ ਪ੍ਰਮਾਣ ਪੱਤਰ ਨਹੀਂ ਹੈ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਏਗੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੀ ਸੜਕਾਂ 'ਤੇ ਵੱਡਾ ਹਜੂਮ ਜਿਹੜਾ ਹੈਗਾ ਮੁਸਲਿਮ ਭਾਈਚਾਰੇ ਦਾ, ਅੱਜ ਇਸ ਬਿੱਲ ਦਾ ਵਿਰੋਧ ਕਰ ਰਿਹਾ, ਅਤੇ ਉਹਨਾਂ ਦਾ ਕਹਿਣਾ ਕਿ ਲਗਾਤਾਰ ਆਉਣ
वाले दिनों के भी उन्होंने जोड़ा प्रोटेस्ट है लगातार जारी रहेगा जब तक कि इस बिल को रद्द नहीं कर दिया जाता। कल मलेरकोटला भी वड्डा प्रोटेस्ट मुस्लिम भाईचारे वालों किया गया तो अज लुधियाना की सड़कों पर तुम देख सकते हो कि लगातार वड्डा हजूम जोड़ा है लुधियाना के मुस्लिम भाईचारे वालों इकट्ठा होकर लुधियाना की शाही लुधियाना की जामा मस्जिद तो जोड़ा है प्रोटेस्ट स्टार्ट करके डिप्टी कमिश्नर ऑफिस तक जाएगा। तो लगातार नायब शाही इमाम का कहना है कि इस बिल का विरोध लगातार मुस्लिम भाईचारे के लोग करते रहेंगे जब तक एक बिल रद्द नहीं किया जाता। कैमरा मैन रोहित के नाल विवेक टाज दैनिक सवेरा टीवी लुधियाना। चमकौर साहब की चौंकी च तैनात ASI दलजीत सिंह की गोली लगन नाल मौत हो गई। दलजीत सिंह सवेरे ड्यूटी ते जान लई तैयार हो रहा सी। इस दौरान जदों वो अपना रिवॉल्वर साफ करन लग्या तो गोली चल गई जो उसकी मौत का कारण बनी। पुलिस ने मामला दर्ज करके अगली कार्रवाई आरंभ कर दी है। नगर च श्री चमकौर साहब की चौंकी विच तैनात ASI की सरकारी रिवॉल्वर साफ करने के दौरान गोली चलन नाल मौत हो गई। जिक्रयोग है कि ASI जदों सवेरे ड्यूटी ते जान लग्या तां रिवॉल्वर साफ करने के दौरान रिवॉल्वर चो अचानक गोली उसके सिर विच जा लगी जिसके कारण मौके ते ही उसकी मौत हो गई। मेरा नाम दलजीत सिंह ASI है जी। थोड़े टाइम पहले इनकी प्रमोशन हुई सी ते अजकल ये चमकौर साहब जॉब कर रहे हैं ਤੇ ਸਵੇਰੇ ਡਿਊਟੀ ਲਈ ਤਿਆਰ ਹੁੰਦੇ ਪਿਸਟਲ ਸਫਾਈ ਕਰ ਰਹੇ ਸੀ ਤੇ ਇਹਨਾਂ ਦੀ ਗੋਲੀ ਚੱਲਣ ਕਰਕੇ ਮੌਤ ਹੋ ਗਈ ਹੈ ਜੀ। ਕਿੰਨੇ ਕੁ ਵਜੇ ਦੀ ਘਟਨਾ ਜਿਹੜੀ ਹੈ? ਇਹ ਸਰ ਸਵੇਰੇ ਤਕਰੀਬਨ 7:30 ਵਜੇ ਦੀ ਘਟਨਾ ਹੈ। ਕੌਣ ਕੌਣ ਇਹਨਾਂ ਦੇ ਘਰ? ਇਹਨਾਂ ਦੀ ਫੈਮਿਲੀ 'ਚ ਇਹਨਾਂ ਦੇ ਮਦਰ ਫਾਦਰ ਅਤੇ ਇਹਨਾਂ ਦੇ ਛੋਟੇ ਬ੍ਰਦਰ ਨਾਲ ਰਹਿੰਦੇ ਨੇ ਅਤੇ ਇਹਨਾਂ ਦੀ ਫੈਮਿਲੀ 'ਚ ਦੋ ਬੇਟੀਆਂ ਹੈ ਅਤੇ ਇੱਕ ਬੇਟਾ ਇਹਨਾਂ ਦੇ ਅਤੇ ਇਹਨਾਂ ਦੀ ਵਾਈਫ ਹੈ। ਇਹ ਜੁਆਇੰਟ ਫੈਮਿਲੀ 'ਚ ਰਹਿੰਦੇ ਨੇ। ਬੇਟੀ ਦੀ ਸ਼ਾਦੀ ਕਦ ਰੱਖੀ ਹੋਈ ਹੈ? 18 ਤਰੀਕ ਦੀ ਹੈ ਜੀ। 18 ਜਨਵਰੀ ਦੀ ਇਹਨਾਂ ਦੀ ਬੇਟੀ ਦੀ ਸ਼ਾਦੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਤਾਂ ਜੀ ਆਏ ਹਾਂ ਮੌਕੇ ਦੇ ਉੱਤੇ ਅਤੇ ਸਾਡੇ ਮੁਲਾਜ਼ਮ ਨੇ ASI ਦਲਜੀਤ ਸਿੰਘ ਜੋ ਉਹਨਾਂ ਦੇ ਪਰਿਵਾਰ ਮੁਤਾਬਕ ਦੱਸਣ ਦੇ ਮੁਤਾਬਕ ਅਸੀਂ ਤਿਆਰ ਹੋ ਰਹੇ ਸੀ ਅਤੇ ਅਸੀਂ ਉਹਦੀ ਸਫਾਈ ਪਿਛਲੇ ਵੀਡੀਓ ਵਿੱਚ ਬੈਠ ਕੇ ਕਰਨ ਲੱਗੇ ਸੀਗੇ ਅਤੇ ਉਸੇ ਦੌਰਾਨ ਇਹ ਸਾਥੀ ਨੂੰ ਦੇਖੀ। ਦੱਸਣਯੋਗ ਹੈ ਕਿ ASI ਕਰੀਬ 8 ਸਾਲ ਤੱਕ ਰੂਪਨਗਰ ਦੇ DC ਦੇ ਗਨਮੈਨ ਵੀ ਰਹਿ ਚੁੱਕੇ ਨੇ। ਰੂਪਨਗਰ ਤੋਂ ਮਨਜੀਤ ਸਿੰਘ, ਦੈਨਿਕ ਸਵੇਰਾ TV। ਆਦਮਪੁਰ ਦੇ ਇੱਕ ਪਿੰਡ ਦੇ ਨੌਜਵਾਨ ਦੀ ਜ਼ਮਾਨਤ ਤੇ ਆਉਣ ਉਪਰੰਤ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਜ਼ਮਾਨਤ ਤੇ ਬਾਹਰ ਆਏ ਆਦਮਪੁਰ ਦੇ ਪਿੰਡ ਲਸੇੜੀਵਾਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਦੇ ਇਲਜ਼ਾਮ ਪੁਲਿਸ ਤੇ ਲਗਾਏ ਨੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਉਕਤ ਨੌਜਵਾਨ ਤੇ ਤਸ਼ੱਦਦ ਢਾਇਆ ਗਿਆ ਜਿਸ ਦੀ ਕਿ ਜੇਲ੍ਹ ਚੋਂ ਬਾਹਰ ਆਉਣ ਤੇ ਬਾਅਦ ਇਲਾਜ ਦੇ ਦੌਰਾਨ ਮੌਤ ਹੋ ਗਈ। ਇਸ ਨੂੰ ਲੈ ਕੇ ਹੀ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ 12 ਤਰੀਕ ਨੂੰ ਅਸੀਂ ਲੱਭਦੇ ਰਹੇ ਵੀ ਮੁੰਡਾ ਸਾਡਾ ਕਿਉਂ ਨਹੀਂ ਘਰ ਆਇਆ। 2-3 ਵਾਰੀ ਫੋਨ ਕੀਤੇ, ਫੋਨ ਬੰਦ ਆਇਆ। ਸੋਚੋ ਆਪ ਤਾਂ ਅਸੀਂ ਸਾਰੀ ਰਾਤ ਦਿਹਾੜੀ ਲੱਭਿਆ। ਅਸੀਂ ਨਾ ਫਿਰ ਪ੍ਰਧਾਨ ਅਮਰਜੀਤ ਆ ਇੱਥੇ ਜਲੰਧਰ ਦੇ BJP ਦੇ, ਅਸੀਂ ਉਹਨਾਂ ਨਾਲ ਰਾਤ ਨੂੰ 8 ਵਜੇ ਗੱਲ ਕੀਤੀ। ਮੈਂ ਕਿਹਾ ਪ੍ਰਧਾਨ ਜੀ ਇੱਦਾਂ ਕਰਕੇ ਨਾ ਮੇਰਾ ਭਰਾ ਸਵੇਰ ਦਾ ਗੋਮਾ ਲੱਭਦਾ ਨਹੀਂ ਪਿਆ। ਪ੍ਰਧਾਨ ਜੀ ਨੇ ਮੈਨੂੰ ਕਿਹਾ ਵੀ ਤੂੰ ਕਾਕਾ ਇੱਦਾਂ ਕਰ, ਆਦਮਪੁਰ ਜਾ ਕੇ ਕੰਪਲੇਂਟ ਲਿਖਾ। ਮੈਂ ਆਦਮਪੁਰ ਕੰਪਲੇਂਟ ਲਿਖਾਉਣ ਗਿਆ, ਮੁਨਸ਼ੀ ਨੂੰ ਮਿਲਿਆ ਜੀ ਉੱਥੇ। ਮੈਂ ਇੱਦਾਂ ਦੱਸਿਆ, ਮੈਂ ਕਿਹਾ ਮੇਰੇ ਤਾਂ ਮੇਰਾ ਬਦਰ ਨਰੇਸ਼ ਆ, ਉਹ ਲੱਭ ਨਹੀਂ ਰਿਹਾ ਸਵੇਰ ਦਾ ਵੀ ਕਿੱਥੇ ਆ। ਉਹ ਕਹਿੰਦੇ ਜੀ ਇੱਥੇ ਤਾਂ ਕੋਈ ਨਰੇਸ਼ ਨਹੀਂ ਹੈਗਾ, ਜਦਕਿ ਉੱਥੇ ਥਾਣਾ ਹੀ ਸੀਗਾ। ਮੇਰੇ ਕੋਲ ਝੂਠ ਬੋਲਿਆ ਉਹਨਾਂ ਨੇ ਅਤੇ ਮੈਂ ਕਿਹਾ ਤੁਸੀਂ ਰਿਪੋਰਟ ਲਿਖ ਲਓ ਗੁੰਮਸ਼ੁਦਗੀ ਦੀ, ਉਹਨਾਂ ਨੇ ਉਹ ਵੀ ਨਹੀਂ ਲਿਖੀ। ਫਿਰ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਬਾਹਰ ਆ ਕੇ, ਮੈਂ ਕਿਹਾ ਜੀ ਆਹ ਗੱਲ ਆ, ਉਹ ਤਾਂ ਮੈਨੂੰ ਦੱਸਦੇ ਕੁਛ ਨਹੀਂ। ਪ੍ਰਧਾਨ ਜੀ ਨੇ ਫਿਰ SHO ਜਰਨੈਲ ਸਿੰਘ ਨੂੰ ਫੋਨ ਕੀਤਾ। SHO ਜਰਨੈਲ ਸਿੰਘ ਨੇ ਮੂਹਰੇ ਇਹ ਜਵਾਬ ਦਿੱਤਾ ਜੀ ਉਹ ਮੁੰਡੇ ਕੋਲੋਂ 1 ਕਿਲੋ ਡੁੱਡੇ ਫੜੇ ਆ। ਤਾਂ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਵੀ ਕਮਲ ਕਹਿੰਦਾ ਉਹਦੇ ਕੋਲ 1 ਕਿਲੋ ਡੁੱਡੇ ਫੜੇ। ਮੈਂ ਕਿਹਾ ਉਹ ਤਾਂ ਕੰਮ ਹੀ ਨਹੀਂ ਕਰਦਾ ਕੋਈ ਇੱਦਾਂ ਦਾ। ਉਹ ਸਰ ਦੂਸਰੇ ਦਿਨ ਉਹਨਾਂ ਨੇ 13 ਤਰੀਕ ਨੂੰ 2.5 ਕਿਲੋ ਡੁੱਡਿਆਂ ਦਾ ਪਰਚਾ ਕੱਟ ਦਿੱਤਾ, ਦਰਜ ਕਰਤਾ। ਦਰਜ ਕਰਕੇ ਜਦੋਂ ਉਹਨੂੰ ਲੈ ਕੇ ਗਏ ਉੱਥੇ ਕੋਰਟ 'ਚ, ਅਸੀਂ ਕਿਹਾ ਵੀ ਅਸੀਂ ਮੁੰਡੇ ਦਾ ਮੈਡੀਕਲ ਕਰਾਉਣਾ ਵਾ, ਸਾਡਾ ਵਕੀਲ ਆ ਰਿਹਾ ਆ, ਮੁੰਡੇ ਸਾਡੇ ਨਾਲ ਕੁੱਟਮਾਰ ਬਹੁਤ ਹੋਈ ਆ।
ਤੇ ਉਹਨਾਂ ਨੇ ਸਾਨੂੰ ਮੈਡੀਕਲ ਕਰਾਉਣ ਨਹੀਂ ਦਿੱਤਾ। ਦਬਦਬ ਰਤਨਦੀਪ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜਤਾ ਉਹ ਰਤਨਦੀਪ ਸਿੰਘ ਦੀ ਕੋਰਟ 'ਚ ਪੇਸ਼ ਕਰਕੇ ਨਾਲੋਂ ਨਾਲ ਹੀ ਉਸੇ ਵੇਲੇ ਜੇਲ੍ਹ ਲੈ ਗਏ। ਉਸ ਤੋਂ ਬਾਅਦ ਜਿਹੜੀ ਬਿਮਾਰ ਹੋਣ ਦੀ ਖਬਰ ਉਹ ਤੀਸਰੇ ਦਿਨ ਪਤਾ ਲੱਗੀ ਵੀ ਮੁੰਡਾ ਉਹ ਸਾਡਾ ਮੁਲਾਕਾਤ ਤੇ ਮੇਰਾ ਬੇਟਾ ਗਿਆ ਵੱਡਾ ਤੇ ਇਹ ਮੇਰਾ ਬ੍ਰਦਰ ਆ ਇਹ ਗਏ ਮੁਲਾਕਾਤ ਕਰਨ। ਉਹ ਦੇਖਿਆ ਤਾਂ ਜਾ ਕੇ ਨਾ ਉਹਦੇ ਕੋਲ ਤੁਰ ਬਿਨਾ ਹੋਵੇ ਜੀ ਜਿਹੜੇ ਪੁਲਿਸ ਮੁਲਾਜ਼ਮ ਆ ਜਿਨ੍ਹਾਂ ਨੇ ਮਾਰਕੁੱਟ ਕੀਤੀ ਆ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਹਨਾਂ 'ਤੇ ਪਰਚਾ ਦਰਜ 302 ਦਾ ਕੀਤਾ ਜਾਵੇ। ਦੂਸਰਾ ਨੰਬਰ ਆ ਜਿਹੜੇ ਨਕਲੀ ਪੁਲਿਸ ਵਾਲੇ ਬਣੇ ਸੀ ਸਟਾਫ ਵਾਲੇ ਉਹਨਾਂ 'ਤੇ ਵੀ 302 ਦਾ ਪਰਚਾ ਕੀਤਾ ਜਾਵੇ। ਮੇਰੇ ਭਰਾ ਦਾ ਕਤਲ ਹੋਇਆ ਜੀ। ਉਧਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦਾ ਐਲੀਗੇਸ਼ਨ ਜਿਹੜਾ ਸੀਗਾ ਅਸੀਂ ਉਹ ਬਿਆਨ ਲੈ ਲਏ ਉਹਦੇ। ਉਹਨਾਂ ਦਾ ਕਹਿਣਾ ਹੈ ਕਿ ਕੁੱਟਮਾਰੇ ਦੀ ਹੋਈ ਸੀ, ਪਰ ਅਸੀਂ ਉਹ ਜਦੋਂ ਵੀ ਕੋਈ ਬੰਦਾ ਅਰੈਸਟ ਕਰਦੇ ਹਾਂ ਬਕਾਇਦਾ ਉਹਦੀ ਮੈਡੀਕਲ ਕਰਾ ਕੇ ਹੀ ਉਹਨੂੰ ਪੇਸ਼ ਕੀਤਾ ਜਾਂਦਾ ਕੋਰਟ 'ਚ, ਫਿਰ ਉਹ ਜੇਲ੍ਹ 'ਚ ਵੀ ਛੱਡਿਆ ਜਾਂਦਾ ਮੈਡੀਕਲ ਕਰਾ ਕੇ। ਔਰ ਇਹਦੇ ਬਾਰੇ ਉਹਨਾਂ ਦਾ ਬਿਆਨ ਹੋ ਗਿਆ, ਉਹਦੇ 'ਚ ਬੋਰਡ ਤੋਂ ਪੋਸਟਮਾਰਟਮ ਹੋ ਰਿਹਾ। ਬਾਕੀ ਜੋ ਵੀ ਉਹਦੀ ASP ਆਦਮਪੁਰ ਉਹਦੀ ਜਾਂਚ ਕਰ ਰਿਹਾ, ਜੋ ਵੀ ਉਹਦੀ ਜਾਂਚ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਕਰ ਰਿਹਾ। ਫਿਲਹਾਲ ਨੌਜਵਾਨ ਦੀ ਮੌਤ ਕਿਹਨਾਂ ਕਾਰਨਾਂ ਕਰਕੇ ਹੋਈ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਇਸ ਦਾ ਪਤਾ ਪੁਲਿਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸੂਰਤ TV। ਦਿੜਬਾ ਦੇ ਪਿੰਡ ਧਰਮਗੜ ਛੰਨਾ ਦੀ ਅਕਾਲ ਅਕੈਡਮੀ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਅਕੈਡਮੀ ਦੇ ਪ੍ਰਬੰਧਕਾਂ ਤੇ ਬੱਚਿਆਂ ਨੂੰ ਜ਼ਲੀਲ ਕਰਨ ਦੇ ਇਲਜ਼ਾਮ ਲਗਾਏ ਨੇ। ਦੂਜੇ ਪਾਸੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਜ਼ਲੀਲ ਕਰਨ ਵਾਲੀ ਕੋਈ ਗੱਲ ਨਹੀਂ ਹੈ, ਸਿਰਫ ਬੱਚਿਆਂ ਦੇ ਮਾਪਿਆਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਫੀਸ ਭਰਨ ਦੀ ਇੱਕ ਤਾਰੀਖ ਲਿਖ ਕੇ ਦੇ ਦੇਣ। ਨਿੱਜੀ ਸਕੂਲਾਂ ਵੱਲੋਂ ਬੱਚਿਆਂ ਨੂੰ ਜਲੀਲ ਕਰਨ ਦਾ ਮਾਮਲਾ ਲਗਾਤਾਰ ਜਾਰੀ ਹੈ। ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚੇ ਨੂੰ ਜਲੀਲ ਕਰਨ ਤੋਂ ਬਾਅਦ ਬੱਚੇ ਵੱਲੋਂ ਕੀਤੀ ਖੁਦਕੁਸ਼ੀ ਦੀ ਖਬਰ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਦਿੜਬਾ ਦੇ ਪਿੰਡ ਧਰਮਗੜ੍ਹ ਦੀ ਅਕੈਡਮੀ ਦਾ ਇੱਕ ਮਾਮਲਾ ਸਾਹਮਣੇ ਆਇਆ। ਅਕਾਲ ਅਕੈਡਮੀ ਧਰਮਗੜ੍ਹ ਦੇ ਪ੍ਰਬੰਧਕਾਂ ਨੇ ਕੁਝ ਬੱਚਿਆਂ ਨੂੰ ਫੀਸ ਬਕਾਇਆ ਹੋਣ ਕਾਰਨ ਪੇਪਰ ਵਿੱਚੋਂ ਬਾਹਰ ਕੱਢ ਦਿੱਤਾ। ਮੇਰਾ ਬੇਟਾ 5ਵੀਂ ਕਲਾਸ 'ਚ ਪੜ੍ਹਦਾ ਜੀ, 7ਵੀਂ ਕਲਾਸ 'ਚ ਬੇਟਾ ਜੀ, 5th ਕਲਾਸ 'ਚ ਗੁੜੀ ਹੈ ਜੀ। ਦੋਨੇ ਬੱਚੇ ਉਰੇ ਪੜ੍ਹਦੇ ਨੇ, 3 ਸਾਲਾਂ ਤੋਂ ਬੱਚੇ ਪੜ੍ਹ ਰਹੇ ਨੇ, ਕੋਈ ਨਵਾਂ ਬੱਚਾ ਨਹੀਂ ਜੀ ਸਾਡਾ ਵੀ ਇਸ ਸਾਲ ਤੋਂ। ਜਦੋਂ ਵੀ ਬੱਚਿਆਂ ਦਾ ਕੋਈ ਟੈਸਟ ਵਗੈਰਾ ਹੋਵੇ ਜੀ ਉਦੋਂ ਬੱਚਿਆਂ ਨੂੰ ਬਾਹਰ ਕੱਢਣਗੇ ਜੀ। 3-4 ਦਿਨ ਹੋ ਗਏ ਜੀ, ਹੁਣ ਪੇਪਰ ਚੱਲ ਰਹੇ ਨੇ ਬੱਚਿਆਂ ਦੇ ਜੀ, ਪੇਪਰਾਂ ਦੇ ਵਿੱਚੋਂ ਬਾਹਰ ਕੱਢਦੇ ਨੇ ਬੱਚਿਆਂ ਨੂੰ। ਕੱਲ੍ਹ ਮੇਰੀ ਬੇਟੀ ਦਾ ਜੀ 1st ਡਿਵੀਜ਼ਨ 'ਤੇ ਪਾਸ ਆਉਂਦੀ ਹੈ ਜੀ, ਕੁੜੀ ਹਰ ਇੱਕ ਚੀਜ਼ 'ਚੋਂ ਫਸਟ ਆਉਂਦੀ ਹੈ ਜੀ, ਇਹਨਾਂ 'ਚੋਂ ਇੰਨਾ ਇੰਟੈਲੀਜੈਂਟ ਬੱਚਾ ਜੀ। 15 ਮਿੰਟ ਉਹਨਾਂ ਦਾ ਪੇਪਰ ਲਿੱਤਾ ਜੀ ਬੇਟੀ ਦਾ ਜੀ, ਪੇਪਰ ਦੇ ਵਿਚਕਾਰੋਂ ਬੇਟੀ ਨੂੰ ਉਠਾਲਤਾ ਜੀ, ਬੱਚੇ ਨੂੰ ਬਾਹਰੋਂ ਬਾਹਰ ਹੀ ਰੱਖਿਆ ਜੀ, ਬਿਠਾਈ ਨਹੀਂ ਜੀ ਪੇਪਰ 'ਚ। ਕੀ ਲੱਗਦਾ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੇ ਜਿਹੜੇ ਬੱਚਿਆਂ ਦੇ ਜੀ ਮਾਨਸਿਕ ਬਹੁਤ ਸਥਿਤੀ ਜੀ, 2-3 ਦਿਨ ਹੋ ਗਏ ਬੱਚਿਆਂ ਨੂੰ ਮੈਡੀਸਨ ਦੇ ਕੇ ਤੋਰਦੇ ਹਾਂ ਜੀ ਸਕੂਲ 'ਚੋਂ, ਇੰਨੀ ਜ਼ਿਆਦਾ ਦਿਮਾਗ 'ਤੇ ਟੈਨਸ਼ਨ ਪਾ ਰੱਖਿਆ ਜੀ ਬੱਚਿਆਂ ਨੇ, ਨਾਲੇ ਦਿਮਾਗ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਇਸ ਗੱਲ। ਅਕੈਡਮੀ ਹੈ ਜੀ ਇਸ ਗੱਲ ਦੀ, ਬੱਚੇ ਮੈਡਮ ਪ੍ਰਿੰਸੀਪਲ ਮੈਡਮ ਖੁਦ ਨੇ ਜੀ, ਅਸੀਂ ਰੋਜ਼ ਡੇਲੀ ਫੋਨ 'ਤੇ ਵੀ ਦੱਸਦੇ ਹਾਂ ਜੀ ਮੈਡਮ ਅੱਜ ਸਾਥੋਂ ਆਹ ਮਜਬੂਰੀ ਆ, ਭਰਿਆ ਜਾਂਦਾ ਨਹੀਂ ਮੈਡਮ, ਤਾਂ ਵੀ ਬੱਚੇ ਨੂੰ ਬਾਹਰ ਕੱਢਦੇ ਨੇ ਜੀ। ਇਹਨਾਂ ਨੂੰ ਦੇਖੋ ਜੀ, ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਖਾਸ ਕਰਕੇ ਜਦੋਂ ਪੇਪਰਾਂ ਦਾ ਸਮਾਂ ਹੁੰਦਾ, ਜਦੋਂ ਕਿ ਬੱਚਿਆਂ 'ਤੇ ਇਸ ਵਿੱਚ ਕੋਈ ਗਲਤੀ ਨਹੀਂ, ਇਹ ਨਾ ਕੋਈ ਕਾਨੂੰਨ ਕਹਿੰਦਾ ਨਾ ਬਕਾਇਦਾ ਕੋਈ ਅਸੀਂ ਮਰਜ਼ਾਦਾ। ਬਾਕੀ ਬੜੂ ਸਾਹਿਬ ਦੀ ਅਕੈਡਮੀ ਤਾਂ ਬੱਚਿਆਂ ਦੇ ਦੇਸ਼ ਦੇ ਭਵਿੱਖ ਵਾਸਤੇ ਹੈ, ਵੀ ਐਸਾ ਆਪਾਂ ਸਮਾਂ ਕੋਲ ਲਾਉਣਾ ਜਾਂ ਕੋਈ ਐਸੀ ਗੱਲ ਕਰਨੀ, ਪਰ ਇਹ ਤਾਂ ਜਮੀ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਬੱਚਿਆਂ ਦੇ ਦਿਮਾਗ 'ਤੇ, ਦਿਮਾਗੀ ਟੈਨਸ਼ਨ ਪੈਂਦੀ ਹੈ। 7ਵੀਂ ਜਮਾਤ 'ਚ ਬੱਚਾ ਮੇਰਾ ਆਪਦਾ ਹੈ ਮਾਨਵਦੀਪ ਸਿੰਘ, ਦੇਖੋ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ, ਦਿਮਾਗ 'ਤੇ ਬੇਇੱਜ਼ਤੀ ਵੀ ਮਹਿਸੂਸ ਕਰਦਾ ਉਹ, ਇਸ ਕਰਕੇ ਮੰਗਦਾ ਇਹੀ ਹੈ ਵੀ ਇਹ ਗਲਤ ਹੈ, ਸਰਾਸਰ ਧੱਕਾ ਹੈ, ਇਸ ਕਰਕੇ ਇਹਨਾਂ ਨੂੰ ਥੋੜ੍ਹਾ ਸਮਝਣ ਨਾਲ ਚੱਲਣਾ ਚਾਹੀਦਾ। ਜਦੋਂ ਪੱਤਰਕਾਰਾਂ ਨੇ ਇਸ ਸੰਬੰਧੀ ਅਕੈਡਮੀ ਦੀ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਅਕੈਡਮੀ ਦੇ ਅਕਾਊਂਟੈਂਟ ਨੇ ਅਕੈਡਮੀ ਦੇ ਖਰਚੇ ਗਿਣਾਉਣੇ ਸ਼ੁਰੂ ਕਰ ਦਿੱਤੇ। ਮੇਰੇ ਇਹੋ ਜਲੀਲ ਤਾਂ ਕੀਤੇ ਨਹੀਂ ਗਿਆ, ਨਾ ਕਿਸੇ ਨੂੰ ਕਿਹਾ ਗਿਆ ਪੇਪਰ ਲੈ ਰਹੇ ਬੱਚਿਆਂ ਦੇ। ਵੱਡੀ ਗੱਲ ਇਹ ਹੈ, ਪੇਰੈਂਟਸ ਨੂੰ ਇੰਨਾ ਕਿਹਾ ਗਿਆ ਸੀ ਵੀ ਤੁਸੀਂ ਇੱਕ ਛੋਟੀ ਜਿਹੀ ਐਪਲੀਕੇਸ਼ਨ ਲਿਖ ਕੇ ਦੇ ਦਿਓ, ਅਸੀਂ ਇੰਨੀ ਦੇਰ ਤੱਕ ਫੀਸ ਭਰ ਜਾਣਾ, ਉਹ ਵੀ ਇਹ ਨਹੀਂ ਦੇਖ ਜਾ ਰਹੇ, ਦੱਸੋ ਕੀ ਕਰੀਏ ਬੱਚਿਆਂ ਨੂੰ ਬੁਲਾ ਕੇ? ਜਿਹੜੀ ਬੱਚਿਆਂ ਨੂੰ ਫੀਸ ਦੇ ਕਾਰਨ ਹੀ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ। ਨਹੀਂ ਇਹੋ ਜਿਹੀ ਕੋਈ ਪ੍ਰੋਬਲਮ ਤਾਂ ਕੋਈ ਆਈ ਵੀ ਨਹੀਂ, ਫਿਰ ਇਹ ਖੜੇ ਨੇ ਸਾਰੇ ਪੇਰੈਂਟਸ ਕੋਲ। ਹੁਣ ਮੈਨੂੰ ਕੀ ਪਤਾ ਵੀ, ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਨੂੰ ਇੰਨਾ ਕਿਹਾ ਗਿਆ ਵੀ ਬੱਚਿਆਂ ਨੂੰ ਪੇਰੈਂਟਸ ਨੂੰ ਵੀ ਸਾਨੂੰ ਸਿਰਫ ਇੰਨਾ ਲਿਖ ਕੇ ਦੇ ਜਾਓ ਵੀ ਅਸੀਂ ਫਲਾਣੀ ਡੇਟ ਨੂੰ ਅਸੀਂ ਫੀਸ ਭਰ ਦਿਆਂਗੇ। ਮੀਡੀਆ ਦੇ ਆਉਣ ਤੋਂ ਬਾਅਦ ਹੀ ਜਿਹੜਾ ਬੱਚਿਆਂ ਨੂੰ ਪੇਪਰਾਂ ਦੇ ਵਿੱਚ ਬਿਠਾਇਆ ਗਿਆ, ਪਹਿਲਾਂ ਬੱਚੇ ਬਾਹਰ ਨਹੀਂ, ਆਲਰੇਡੀ ਬੱਚੇ ਪੇਪਰ ਦੇ ਰਹੇ ਨੇ, ਪਹਿਲਾਂ ਦੇ ਰਹੇ ਨੇ, ਇਹੋ ਜਿਹਾ ਕੰਮ ਨਹੀਂ। ਪੇਪਰ ਦਿਖਾ ਸਕਦੇ ਤੁਸੀਂ ਵੀ ਕਿੰਨਾ ਪੇਪਰ ਕਰਨਾ ਬੱਚਾ? ਹਾਂ ਵੀ ਟਾਈਮ ਲੱਗੇ ਪੇਪਰ ਦਿਖਾ ਦਾਂਗੇ, ਟਾਈਮ ਲੱਗੇ ਦਿਖਾ ਦਾਂਗੇ। ਦਿੜਬਾ ਤੋਂ ਵਿਨੋਦ ਗੋਇਲ, ਦੈਨਿਕ ਸਵੇਰਾ TV।
नेपाल विच होईयां 13वीं साउथ एशियन खेडां दौरान भारत दीआं कुड़ियां दी कबड्डी टीम ने सोने दा तमगा हासिल कीता। भारत दी कबड्डी टीम विच पंजाब दी इक लौती लड़की हरविंदर कौर नोना ने भाग लिया, जिसका अज उस दे शहर रोपड़ पहुंचन ते इलाके दे लोकां वल्लों निग्गा स्वागत कीता गया। नेपाल विच होईयां 13वीं साउथ एशियन गेम्स कबड्डी चैंपियनशिप विच भारत दी टीम विच पंजाब दी इको एक खेडन वाली खिडारन दा शहर रोपड़ पहुंचन ते खेड प्रमोटरां अते इलाके दे लोकां वल्लों निग्गा स्वागत कीता गया। दस दिए कि साधारण परिवार नाल संबंध रखण वाली हरविंदर कौर नोना ने सख्त मेहनत करके कबड्डी जगत विच अपना नाम बनाया। इस मौके हरविंदर कौर नोना ने दिल्ली पहुंचन ते दिल्ली सरकार वल्लों कीते स्वागत दा धन्नवाद कीता अते नाल ही पंजाब सरकार नाल नाराजगी भी जाहिर कीती है। उन्हें कहा कि दिल्ली एयरपोर्ट उत्ते उतरण मगरों दिल्ली सरकार वल्लों उन्हां दा स्वागत कीता गया, पर जदों पंजाब पुजी तां किसी भी प्रशासनिक अधिकारी या मंत्री ने उन्हां दा हाल चाल पुछना भी वाजब ना समझिया। मैं हरविंदर कौर नोना कबड्डी दी प्लेयर हाँ। मैं नेपाल विच साउथ एशिया गेम हो रही थी तो उत्थे एक बहुत 8 टीमां रखियां दियां साढ़े बहुत सारी मैच टीमां नाल मैच होया, श्रीलंका पाकिस्तान नेपाल ते मैं सरकार नाल सारे मतलब पंजाब विच पंजाब दी इक प्लेयर हाँ जिहड़ी एशिया खेड के आई हाँ। पंजाब सरकार नूं इह नहीं हजे तक पता चलिया, ना कोई न्यूज़ ना कोई खबर कोई भी, ना ही आए हुए प्लेयरां दा कोई सन्मानित कर रहे हैं। अज मेरे रोपड़ जिले च आए तो मेरा अज सन्मानित करिया नेहरू स्टेडियम दे विच, वह भी रोपड़ डिस्ट्रिक्ट दे मतलब खेड DSO रोपड़ दे नाल उन्हां दे प्रधान सी अपने कबड्डी दे एसोसीएशन दे, उन्हां नाल मेरा रोपड़ पहुँच के निघा स्वागत करिया जी। इस मौके उगे खेड प्रमोटर दविंदर सिंह बाजवा अते सीनियर जैलदार सतविंदर सिंह चैड़िया ने गलबात करदिया दस्सिया कि पिछले दिनी नेपाल देश विच होए 13वीं साउथ एशियन गेम्स कबड्डी कंपीटीशन विच भारत दी टीम ने वधिया प्रदर्शन करदे होए एह कप भारत दे नाम कीता। उन्हां पंजाब सरकार तों मंग कीती है कि पंजाब दे खिडारियां नूं सरकारी नौकरी समेत वध तों वध सन्मान दित्ता जावे। पंजाब नूं हिंदुस्तान वासियां नूं पहलां तां लख लख वधाई बई। नेपाल दे विच साउथ एशियन गेम होईयां सीगियां, ਉਹਨਾਂ ਦੇ ਵਿੱਚ ਜਿਹੜਾ 8 ਕੰਟਰੀਆਂ ਨੇ ਪਾਰਟੀਸਪੇਟ ਕੀਤਾ ਸੀਗਾ, 8 ਕੰਟਰੀਆਂ ਦੇ ਵਿੱਚੋਂ ਜਿਹੜੀ ਇੰਡੀਆ ਹੈਗੀ ਹੈ, ਇੰਡੀਆ ਦੀ ਕਬੱਡੀ ਦੀ ਨੈਸ਼ਨਲ ਸਟਾਈਲ, ਉਹ ਇੰਡੀਆ ਨੂੰ ਉਹਦੇ ਵਿੱਚ ਗੋਲਡ ਮੈਡਲ ਮਿਲਿਆ ਹੈਗਾ, ਇੰਡੀਆ ਪਹਿਲੇ ਸਥਾਨ 'ਤੇ ਆਈ ਹੈਗੀ ਹੈ। ਉਹਦੇ ਨਾਲ ਇੰਡੀਆ ਦਾ ਇਹ ਜਿਹੜਾ ਟੂਰਨਾਮੈਂਟ ਸੀਗਾ 1 ਤਰੀਕ ਤੋਂ ਲੈ ਕੇ 10 ਦਸੰਬਰ ਤੱਕ ਚੱਲਿਆ ਹੈਗਾ ਨੇਪਾਲ ਦੇ ਵਿੱਚ। ਇਹ ਕੱਲ੍ਹ ਜਿਹੜੀ ਇੰਡੀਆ ਦੀ ਟੀਮ ਜੇਤੂ ਟੀਮ ਸੀਗੀ ਕੱਲ੍ਹ ਦਿੱਲੀ ਏਅਰਪੋਰਟ 'ਤੇ ਇੰਟਰਨੈਸ਼ਨਲ 'ਤੇ ਪਹੁੰਚੀ ਸੀਗੀ। ਉੱਥੇ ਸੈਂਟਰ ਸਰਕਾਰ ਦੇ ਜਿਹੜੇ ਖੇਡ ਮੰਤਰੀ ਵੱਲੋਂ ਜਿਹੜਾ ਟੀਮ ਨੂੰ ਉੱਥੇ ਜਿਉਂ ਕਿਹਾ ਗਿਆ ਅਤੇ ਨਾਲ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਵੀ ਹਿੰਦੁਸਤਾਨ ਦੇ ਸਾਰੇ ਸਟੇਟਾਂ 'ਚੋਂ ਇੱਕ ਇੱਕ ਦੋ ਦੋ ਕੁੜੀਆਂ ਸਨ, ਲੇਕਿਨ ਪੰਜਾਬ 'ਚੋਂ ਇੱਕੋ ਇੱਕ ਕੁੜੀ ਹਰਵਿੰਦਰ ਕੌਰ ਨੋਨਾ ਉਹ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਸੀਗੀ। ਇਹਨੇ ਰੋਪੜ ਜ਼ਿਲ੍ਹੇ ਦਾ ਅਤੇ ਸਮੁੱਚੇ ਸਾਡੇ ਪੰਜਾਬ ਦਾ ਜਿਹੜਾ ਮਾਣ ਉਹ ਰੱਖਿਆ ਇਸ ਬੱਚੀ ਵੱਲੋਂ। ਅਤੇ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਇਸ ਦੀ ਫੈਲ ਵੀ ਰਾਣਾ ਸਾਡੇ ਸਪੀਕਰ ਸਾਹਿਬ KP ਸਿੰਘ ਦੇ ਕੋਲ, ਖੇਡਾਂ ਦੇ ਮੰਤਰੀ ਸਾਡੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਕੋਲ, ਇਹਦੀ ਜੋ ਨੌਕਰੀ ਵਾਲੀ ਫੈਲ ਹੈ ਮੈਂ ਲੈ ਕੇ ਗਿਆ। ਉਹ ਅਸੀਂ ਉਹ ਨੌਕਰੀ ਦੀ ਮੰਗ ਕਰਦੇ ਹਾਂ ਕਿ ਇਸ ਬੇਟੀ ਨੂੰ ਸਾਡੀ ਨੂੰ ਸਰਕਾਰ ਜਲਦੀ ਤੋਂ ਜਲਦੀ ਨੌਕਰੀ ਦੇਵੇ ਅਤੇ ਜੋ ਪਲੇਅਰਾਂ ਦਾ ਬਣਦਾ ਮਾਣ ਸਤਿਕਾਰ ਜਿਸ ਤਰ੍ਹਾਂ ਬਾਹਰਲੀਆਂ ਸਟੇਟਾਂ ਹਰਿਆਣਾ ਕਰਨਾਟਕ ਹੋਰ ਜਿਸ ਤਰ੍ਹਾਂ ਉਹਨਾਂ ਦਾ ਵੱਧ ਤੋਂ ਵੱਧ ਸਵਾਗਤ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ, ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨੂੰ ਅਣਗੌਲਿਆ ਨਾ ਕਰੋ, ਜੋ ਪਲੇਅਰਾਂ ਦਾ ਹੌਸਲਾ ਅਫਜਾਈ ਕਰੋ, ਤਾਂ ਹੀ ਅੱਗੇ ਵਾਸਤੇ ਸਾਡੇ ਪਲੇਅਰ ਹੈ ਜਿਹੜੇ ਉਹ ਹੌਸਲੇ ਨਾਲ ਖੇਡਣਗੇ, ਗੋਲਡ ਲੈ ਕੇ ਆਉਣਗੇ। ਜੇ ਇਹਨਾਂ ਨੂੰ ਅਣਗੌਲਿਆ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਿਡਾਰੀ ਹੈ ਉਹ ਹੋਰ ਸਟੇਟਾਂ 'ਤੇ ਜਾ ਕੇ ਖੇਡਣਗੇ ਜੇ ਆਪਾਂ ਨੇ ਇਹਨਾਂ ਦੇ ਪੂਰਾ ਸਵਾਗਤ ਨਾ ਕੀਤਾ। ਦੱਸਣਯੋਗ ਹੈ ਕਿ ਨੇਪਾਲ ਵਿੱਚ ਹੋਈਆਂ 13ਵੀਂ ਸਾਊਥ ਏਸ਼ੀਅਨ ਗੇਮਸ ਕਬੱਡੀ ਚੈਂਪੀਅਨਸ਼ਿਪ 'ਚ 7 ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਇਸ ਟੂਰਨਾਮੈਂਟ ਵਿੱਚ ਖੇਡਦਿਆਂ ਭਾਰਤ ਨੇ ਆਪਣੇ ਵਿਰੋਧੀ ਦੇਸ਼ਾਂ ਨੂੰ ਹਰਾ ਕੇ ਇਸ ਕੱਪ ਉੱਤੇ ਕਬਜ਼ਾ ਕੀਤਾ। ਰੋਪੜ ਤੋਂ ਮਨਜੀਤ ਸਿੰਘ, ਦੈਨਿਕ ਸਵੇਰਾ TV। ਤੇ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਦੈਨਿਕ ਸਵੇਰਾ TV।